ਜਿਹਨੂੰ ਤੇ ਲੱਗਦਾ ਵੀ ਉਹਦੇ ਕੇਸ ਤੇ ਫੈਕਟ ਪੈਟਰਨ ਬਿਲਕੁਲ ਸਹੀ ਆ, ਸਾਰਾ ਕੁਝ ਦਰੁਸਤ ਆ, ਉਹ ਇਹ ਸ਼ਹਿਰ ਕਹਿ ਸਕਦਾ। ਜਿਹਨੂੰ ਲੱਗਦਾ ਵੀ ਅਜੇ ਕੁਛ ਟਾਈਮ ਲੱਗੂਗਾ ਦਸਤਾਵੇਜ਼ਾਂ ਦੇ ਲਈ, ਉਹ ਕੁਛ ਹੋਰ ਕਹਿ ਸਕਦਾ। ਸੋ ਬੇਸਿਕਲੀ ਰਾਹ ਬੰਦਾ ਬਣਾ ਸਕਦਾ ਆ ਵੀ ਮੈਂ ਕਿੱਧਰਲੇ ਪਾਸੇ ਨੂੰ ਜਾਣਾ, ਵੀ ਮੈਂ ਕਿਹੜੇ ਪ੍ਰੋਸੈਸ ਦੇ ਥਰੂ ਲੱਗਾ। ਕੀ ਇਵੈਂਚੁਅਲੀ ਇਹਨਾਂ ਦਾ ਮਨ ਹੈਗਾ ਵੀ ਸਾਰਿਆਂ ਨੂੰ ਹੀ AMI ਦੇ ਵਿੱਚੋਂ ਕੱਢਣਾ? ਇਵੈਂਚੁਅਲੀ ਮੈਨੂੰ ਲੱਗਦਾ ਇਹਨਾਂ ਦਾ ਹੋ ਕੀ ਰਿਹਾ ਕਿ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਜਿਹੜੇ ਪੈਂਡਿੰਗ ਕੇਸ ਹਨ ਉਹਨਾਂ ਨਾਲ ਧੱਕਾ ਕਰਨਾ ਥੋੜ੍ਹਾ ਜਿਹਾ। ਕੀ ਹੋ ਰਿਹਾ ਕਿ ਇੰਡੀਵਿਜੁਅਲ ਹੇਅਰਿੰਗ ਆ ਰਹੀ, ਮਾਸਟਰ ਹੇਅਰਿੰਗ ਆ ਰਹੀ, ਸਿੱਧੇ ਹੀ ਜਿਹੜੇ ਬੈਕ ਟੂ ਬੈਕ। ਉੱਦਣ ਦੱਸਦਾ ਸੀ ਬੰਦਾ, ਕਲਾਇੰਟ ਦੱਸਿਆ ਉਹਨੇ ਸਾਨੂੰ ਅਪੀਲ ਹੀ ਹਾਇਰ ਕੀਤਾ, ਕਹਿੰਦਾ ਮੇਰੀ ਤਰੀਕ ਸੀਗੀ ਹਲੇ, ਕਹਿੰਦਾ ਜੱਜ ਨੂੰ ਕਹਿੰਦਾ ਪਤਾ ਨਹੀਂ ਕੀ ਹੋਇਆ, ਕਹਿੰਦਾ ਸਾਰੇ ਕਹਿੰਦਾ 10 ਕਹਿੰਦਾ ਮੇਰੇ ਤੋਂ ਅੱਗੇ ਵਾਲੇ ਜਿੰਨੇ ਕੇਸ ਸੀਗੇ ਚੱਲ ਡਿਸਮਿਸ ਡਿਸਮਿਸ, PD ਆ ਗਈ ਡਿਸਮਿਸ ਡਿਸਮਿਸ, ਕੋਈ ਗੱਲ ਨਾ ਸੁਣੇ, ਕਹਿੰਦਾ ਜਾਓ ਦੁਬਾਰਾ, ਕਹਿੰਦਾ ਥੱਲੇ ਜਾਓ ਫਾਈਲ ਕਰੋ, ਉੱਪਰ ਜਾਓ ਫਾਈਲ ਕਰੋ, ਕਹਿੰਦਾ ਮੇਰੀ ਹੈਡੇਕ ਨਹੀਂ ਹੈਗੀ, ਕਹਿੰਦਾ ਗੱਲ ਸੁਣੇ ਨਾ, ਕਹਿੰਦਾ ਸਿੱਧੇ ਚੱਕ ਚੱਕ ਕੇ ਡਿਸਮਿਸ ਹੋਏ ਆ ਕਿ 1.5 million ਕੇਸ ਪੈਂਡਿੰਗ ਆ, 10-10 ਸਾਲ ਤੋਂ ਕੋਈ ਲੋਕੀ ਵੇਟ ਕਰ ਰਹੇ ਆ। ਪਰ ਇੱਦਾਂ ਕਿ ਠੀਕ ਆ ਲੋਕੀ ਵੇਟ ਕਰ ਰਹੇ ਆ, ਪਰ ਲੋ ਲੋ ਆ ਜੇ ਤੁਹਾਡੀ ਉਹਨਾਂ ਦੇ ਹੱਥ ਦੇ ਵਿੱਚ ਆ, ਜਿਹੜੇ ਤਾਂ ਸੈਨ ਫਰਾਂਸਿਸਕੋ ਵਗੈਰਾ। ਹੁਣ ਇਹ ਆ ਕਿ ਇੱਥੇ ਹੁਣ ਜਿਹੜੀ ਚੀਜ਼ ਆ ਜਾਂਦੀ ਹੈ ਕਿ ਸੈਨ ਫਰਾਂਸਿਸਕੋ ਜਿਹਦਾ ਨਾਈਸ ਕੋਰਟ ਆ, ਨਾਈਸ ਜੱਜ ਆ, ਉਹ ਤੁਹਾਡੇ ਕੰਮ ਆ ਜੂਗੇ, ਪਰ ਜਿਹੜੇ ਹੁਣ ਕਈ ਜੱਜ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਹੈ ਨਾ ਕਿੱਦਾਂ ਕਿੱਦਾਂ ਦੀ ਕੋਰਟ ਆ। ਸੋ ਕਾਫੀ ਜ਼ਿਆਦਾ ਮਾਸ ਲੈਵਲ 'ਤੇ ਇਹਨਾਂ ਨੇ ਜਿਹੜੇ ਕੇਸ ਆ ਉਹ ਡਿਸਮਿਸ ਜਿਹੜੇ ਆ ਉਹ ਕਰ ਦੇਣੇ ਆ। ਸੋ PD ਜਿਹਨੂੰ ਦੇਖ ਕੇ ਕਿਤੇ ਇੱਕ ਟਾਈਮ ਦੇ ਉੱਤੇ ਸ਼ਾਇਦ ਕੋਈ ਲੋਕ ਕਹਿ ਰਹੇ ਸੀਗੇ ਵੀ ਕੰਮ ਠੀਕ ਹੋ ਸਕਦਾ, ਪਰ ਉਸਦਾ ਖਾਮਿਆਜ਼ਾ ਵੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਵੀ ਭੁਗਤਣਾ ਪੈ ਰਿਹਾ ਆ। ਕਈ ਲੋਕ ਤਾਂ ਕਹਿੰਦੇ ਹੋਣੇ ਯਾਰ ਹਾਨੇ ਬੰਦੇ ਕਰੇ ਕਰੇ ਪਾਸ ਜਾਂ ਕਰੇ ਫੇਲ ਇੱਕ ਪਾਸੇ ਜਿਹੜਾ ਹੋ ਲਾਵੇ। ਸੋ ਜੇ ਪੁਰਾਣੇ ਪ੍ਰੋਸੈਸ ਦੇ ਨਾਲ ਇਸ ਨੂੰ ਜਿਹੜਾ ਉਹ ਕੰਪੇਅਰ ਕੀਤਾ ਜਾਵੇ, ਕਿ ਫਿਰ ਵੀ ਇਹਨਾਂ ਲੋਕਾਂ ਨੂੰ ਜਿਹੜੇ ਵੀ ਆ ਰਹੇ ਆ ਉਹਨਾਂ ਨੂੰ ਅਸਾਈਲਮ ਫਾਈਲ ਕਰਨਾ ਪਊਗਾ? ਟਾਈਮ ਫਰੇਮ ਬਹੁਤ ਜ਼ਿਆਦਾ ਨੈਰੋ ਜਿਹੜਾ ਉਹ ਹੋ ਗਿਆ, ਬਹੁਤ ਥੋੜ੍ਹਾ ਸਮਾਂ ਆ ਡਾਕੂਮੈਂਟ ਸਬਮਿਟ ਕਰਨੇ ਇਕੱਠੇ ਕਰਨੇ, ਉਹ ਕਿੱਦਾਂ ਹੋਊਗਾ? ਟਾਈਮ ਫਰੇਮ ਤਾਂ ਜੀ ਕਾਫੀ ਜ਼ਿਆਦਾ ਜਿਹੜਾ ਨੈਰੋ ਹੋ ਗਿਆ ਹੁਣ। ਸੋ ਇੱਦਾਂ ਕਿ ਜਿਹੜੇ ਵੀ ਲੋਕਾਂ ਨੂੰ ਪਹਿਲਾਂ AMI ਦੇ ਵਿੱਚ ਪਲੇਸ ਕਰੂਗੇ, ਪਹਿਲਾਂ ਤਾਂ ਉਹਨਾਂ ਨੂੰ ਜਿਹੜੀ ਕਿ ਉਹਨਾਂ ਦੇ ਬਿਆਨ ਜਿਹੜੇ ਪਾਸ ਹੋ ਗਏ ਉਹਦਾ ਨੋਟਿਸ ਜਾਊਗਾ। ਅਤੇ ਜੇ ਉਹਨਾਂ ਦੇ ਬਿਆਨ ਇੱਕ ਵਾਰੀ ਪਾਸ ਹੋ ਗਏ, ਉਹਨਾਂ ਨੇ ਕਿਹਾ ਕਿ ਜਦੋਂ ਬਿਆਨ ਉਹਨਾਂ ਦੇ ਪਾਸ ਹੁੰਦੇ ਆ ਉਹ ਆਟੋਮੈਟਿਕਲੀ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਕਨਵਰਟ ਹੋ ਜੂਗੇ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਦੁਬਾਰਾ 589 ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਪੈਣੀ ਹੈ। ਮਤਲਬ ਕਿ ਉਹ ਇਹ ਕਹਿ ਰਿਹਾ ਕਿ ਹੁਣ ਜੇ ਤੁਹਾਡੇ ਬਿਆਨ ਪਾਸ ਹੋ ਗਏ, ਤੁਹਾਡੀ ਆਟੋਮੈਟਿਕਲੀ ਕਹਿ ਲਓ ਕਿ ਅਸਾਈਲਮ ਆਫਿਸ ਜਿਹੜੀ ਅਸਾਈਲਮ ਦੀ ਜਿਹੜੀ 589 ਐਪਲੀਕੇਸ਼ਨ ਆ ਉਹ ਫਾਈਲ ਹੋ ਗਈ। ਅਤੇ ਜਿਹੜੀ ਸਰਵਿਸ ਡੇਟ, ਮਤਲਬ ਕਿ ਤੁਹਾਨੂੰ ਜਦੋਂ ਉਹਨੇ ਦੱਸਿਆ ਕਿ ਤੁਹਾਡੇ ਬਿਆਨ ਜਦੋਂ ਪਾਸ ਹੋਏ ਆ ਉਹ ਤੁਹਾਡੀ ਪਹਿਲਾ ਦਿਨ ਮੰਨਿਆ ਜਾਊਗਾ ਅਸਾਈਲਮ ਐਪਲੀਕੇਸ਼ਨ ਦਾ, ਉਦੋਂ ਤੋਂ ਤੁਹਾਡੀ ਜਿਹੜੀ ਵਰਕ ਪਰਮਿਟ ਆ ਉਹਦੀ ਕਲੋਕ ਜਿਹੜੀ ਉਹ ਸ਼ੁਰੂ ਹੋਊਗੀ। ਠੀਕ ਹੈ। ਜਦੋਂ ਉਹਨਾਂ ਨੇ ਤੁਹਾਨੂੰ ਦੱਸਤਾ ਕਿ ਤੁਹਾਡੇ ਬਿਆਨ ਜਿਹੜੇ ਪਾਸ ਹੋ ਗਏ ਆ ਤਾਂ 21 ਦਿਨ ਤੋਂ 45 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਆ ਅਸਾਈਲਮ ਆਫਿਸ ਮੈਰਿਟਸ AMI ਜਿਹੜੀ ਇੰਟਰਵਿਊ ਉਹ ਤੁਹਾਡੀ ਆਊਗੀ। ਇਹਦੇ ਨਾਲ ਨਾਲ ਉਹ ਇਹ ਕਹਿ ਰਿਹਾ ਕਿ ਇਹ ਲੋਕਾਂ ਨੂੰ ਇਹ ਕੋਈ ਨਾ ਕੋਈ GPS ਜਾਂ ਫੋਨ ਦੀ ਜਿਹੜੀ ਐਪ ਵਗੈਰਾ ਪਾ ਕੇ ਉਹਨੂੰ ਛੱਡ ਸਕਦੇ ਆ, ਤਾਂ ਕਿ ਉਹ ਆਪਣੀ ਕੰਪਲਾਇੰਸ ਕਰਨ, ਰਿਪੋਰਟਿੰਗ ਵਗੈਰਾ, ਇੰਟਰਵਿਊ ਦੇਣ, ਤਾਂ ਹੇਅਰਿੰਗ ਆ ਕੇ ਦੇਣ ਕਿ ਗਾਇਬ ਨਾ ਹੋਣ। ਅਤੇ ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਲੋਕਾਂ 'ਤੇ ਪ੍ਰੈਸ਼ਰ ਕਿੱਦਾਂ ਜਾਊਗਾ, ਸੋ ਕੀ ਆ ਕਿ ਜਦੋਂ ਇਹਨਾਂ ਕੋਲ ਆਪਣੀ ਜਿਹੜੀ ਤਰੀਕ ਇਹਨਾਂ ਦੀ ਹੈਗੀ ਆ ਉਸ ਤੋਂ 7 ਦਿਨ ਪਹਿਲਾਂ ਜੇ ਇਨ ਪਰਸਨ ਇਹਨਾਂ ਨੇ ਸਬਮਿਟ ਕਰਨਾ, ਜੇ ਡਾਕ ਰਾਹੀਂ ਸਬਮਿਟ ਕਰਨਾ ਤਾਂ 10 ਦਿਨ ਪਹਿਲਾਂ ਇਹਨਾਂ ਨੂੰ ਆਪਣਾ ਜਾਂ ਤਾਂ ਆਪਣੇ ਬਿਆਨ ਜਿਹੜੇ ਸਹੀ ਕਰਾਉਣੇ ਪੈਣੇ ਆ ਜੇ ਕੋਈ ਗੜਬੜ ਹੋਈ ਆ, ਜਾਂ ਉਹਨਾਂ ਨੂੰ ਕੋਈ ਵੀ ਨਵਾਂ ਜਿਹੜਾ ਨਵਾਂ ਡਾਕੂਮੈਂਟਸ ਵਗੈਰਾ ਕੋਈ ਵੀ ਜਿਹੜੇ ਦੇਣੇ ਆ ਉਹ 10 ਦਿਨ ਪਹਿਲਾਂ ਦੇਣੇ ਆ। ਸੋ ਇਹ ਚੀਜ਼ ਨੂੰ ਤੁਸੀਂ ਦੇਖੋ ਕਿ ਇੱਕ ਬੰਦਾ ਜੇਲ੍ਹ ਦੇ ਵਿੱਚ ਬੰਦਾ, ਉਹਨੂੰ ਦੱਸਿਆ ਗਿਆ ਕਿ ਤੇਰੀ ਹੁਣ ਇੰਟਰਵਿਊ ਆਪਾਂ ਸਕੈਜੂਲ ਕਰ ਦੇਣੀ ਆ, ਜਿਹੜੀ ਇੰਟਰਵਿਊ ਸਕੈਜੂਲ ਕਰਨੀ ਆ ਉਹ 21 ਤੋਂ 45 ਦਿਨ ਦੇ ਵਿੱਚ ਉਹਨਾਂ ਨੇ ਕਰਨੀ ਆ। ਮੰਨ ਲਓ ਕਿ ਕਿਸੇ ਦੀ 21ਵੇਂ ਦਿਨ ਉਹਨਾਂ ਨੇ ਕਰਤੀ, ਉਹ ਬੰਦੇ ਨੂੰ ਉਹਨੇ ਕਿਹਾ ਕਿ ਤੁਸੀਂ 11 ਦਿਨ 10 ਦਿਨ ਪਹਿਲਾਂ, ਮਤਲਬ ਕਿ 11ਵੇਂ ਦਿਨ ਤੱਕ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਸਾਰੇ ਸਬਮਿਟ ਕਰਾਉਣੇ ਆ। ਸੋ 11ਵੇਂ ਹੁਣ 11 ਦਿਨ ਬਚੇ ਓਕੋ ਅਤੇ ਵਕੀਲ ਕੋ ਕੰਮ ਕਰਨ ਲਈ, ਮਤਲਬ ਕਿ ਉਹ 11 ਦਿਨ ਦੇ ਵਿੱਚ ਉਹਨੇ ਵਕੀਲ ਲੱਭਣਾ, ਆਪਣੇ ਡਾਕੂਮੈਂਟ ਸਬਮਿਟ ਕਰਾਉਣੇ, ਇੰਡੀਆ ਤੋਂ ਆਪਣੇ ਐਫੀਡੈਵਿਟ ਮੰਗਾਉਣੇ ਆ। ਸੋ ਇਹ ਤੁਸੀਂ ਆਪ ਹਿਸਾਬ ਲਾ ਲਓ ਕਿ ਕਿੱਦਾਂ, ਬਾਕੀ ਜਿਹੜੇ ਪ੍ਰੋਸੈਸ 'ਚੋਂ ਗਏ ਉਹਨਾਂ ਨੂੰ ਪਤਾ ਹੀ ਆ ਕਿ 11 ਦਿਨ ਦੇ ਵਿੱਚ ਤੁਸੀਂ ਵਕੀਲ ਲੱਭ ਕੇ ਇੰਡੀਆ ਤੋਂ ਡਾਕੂਮੈਂਟ ਮੰਗਾ ਕੇ ਇੱਥੋਂ ਵਕੀਲ ਦੇ ਨਾਲ ਆਪਣੀ ਡੈਕਲੇਸ਼ਨ ਬਣਾ ਕੇ ਐਫੀਡੈਵਿਟ ਵਗੈਰਾ ਸਾਰੇ ਚੈੱਕ ਕਰਾ ਕੇ ਡੈਕਲੇਸ਼ਨ ਚੈੱਕ ਕਰਾ ਕੇ ਜਮ੍ਹਾਂ ਕਰਾਉਣੀ ਆ। ਇਹ ਤਾਂ ਵਾਕਈ ਬਹੁਤ ਜ਼ਿਆਦਾ ਦਬਾਅ ਆ, ਸੁਣ ਕੇ ਤਾਂ ਇੱਦਾਂ ਲੱਗਦਾ ਵੀ ਅਨਡੂਏਬਲ ਜੀ ਜਿਹੜੀ ਇੱਕ ਹਿਸਾਬ ਦੇ ਨਾਲ ਗੱਲ ਜਿਹੜੀ ਉਹ ਲੱਗਦੀ ਆ, ਪਰ ਜਿੱਦਾਂ ਤੁਸੀਂ ਕਿਹਾ ਵੀ ਕਾਨੂੰਨ ਕਾਨੂੰਨ ਆ, ਹੋ ਸਕਦਾ ਵੀ ਇਸ ਨੂੰ ਵਾਪਸ ਲੈ ਲੈਣ, ਹੋ ਸਕਦਾ ਇਸ ਦੇ ਵਿੱਚ ਚੇਂਜ ਹੋਣ, ਪਰ ਹਾਲ ਦੀ ਘੜੀ ਜਿਹੜਾ ਆ ਉਹ ਇਸ ਟਾਈਮ ਇਹੀ ਆ 21 ਤੋਂ 45 ਦਿਨ ਦੇ ਵਿੱਚ ਵਿੱਚ ਜੇ ਕੋਈ ਅਸਾਈਲਮ ਦੇ ਲਈ ਅਪਲਾਈ ਕਰ ਰਿਹਾ ਅਤੇ ਜੇ ਉਹ AMI ਦੇ ਅੰਡਰ ਆਉਂਦਾ ਆ ਤਾਂ ਉਹਦਾ ਜਲਦੀ ਜਿਹੜਾ ਨਿਪਟਾਰਾ ਹੋਊਗਾ। ਉਹ ਬੰਦਾ ਕੀ ਕਰੂਗਾ ਜਿਹਦਾ ਕੇਸ ਡਿਨਾਈ ਹੋ ਜਾਂਦਾ, ਉਹਦੇ ਲਈ ਅੱਗੇ ਕੀ ਪ੍ਰੋਸੈਸ ਆ? ਉਹਦਾ ਫਿਰ ਜੱਜ ਦੇ ਕੋਲ ਜਾਊਗਾ ਕੇਸ ਆਪਣਾ। ਅਤੇ ਜੱਜ ਦੇ ਕੋਲ ਹੁਣ ਕੀ ਸੀਗਾ ਕਿ ਨੋਰਮਲੀ ਤਾਂ ਆਪਾਂ ਦੇਖਿਆ ਸੈਕਸ਼ਨ 240 ਜਿਹੜਾ ਹੈਗਾ, ਨੋਰਮਲੀ ਉਹਦੇ ਥੱਲੇ ਪ੍ਰੋਸੀਡਿੰਗ ਜਿਹੜੀਆਂ ਉਹ ਚੱਲਦੀਆਂ, ਅਤੇ ਉਹ ਜਿਹੜਾ ਪ੍ਰੋਸੈਸ ਸੀਗਾ ਮਕੈਨਿਕਸ ਉਹਦੇ ਉਹੀ ਰਹਿਣੇ ਆ, ਕੋਰਟ ਸਿਸਟਮ ਸਾਰਾ ਉਹੀ ਰਹਿਣਾ,
ਪਰ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਮੁੰਡਿਆਂ ਦੇ ਚਾਰ ਚਾਰ ਪੰਜ ਪੰਜ ਸਾਲ ਜਿਹੜੇ ਇਮੀਗ੍ਰੇਸ਼ਨ ਕੋਰਟ 'ਚ ਆਮ ਲੱਗ ਜਾਂਦੇ ਆ, ਉਹ ਇਹ ਕਹਿ ਰਿਹਾ ਕਿ ਇਹ 90 ਦਿਨ ਦੇ ਵਿੱਚ ਫੈਸਲਾ ਹੋ ਜਾਊਗਾ ਹੁਣ। ਜੀ ਜੀ ਸੋ ਨਾਲੇ ਵੀ ਦੱਸ ਦੇ ਜੀ ਕਿ ਜਿਹੜੇ ਡਾਕਟ ਮਤਲਬ ਕਿ ਜਿਹੜਾ ਜੱਜ ਦਾ ਸਕੈਜੂਲ ਕੀ ਹੈ ਕਿ ਜਿਹੜੇ ਆਹ ਜਿਹੜੇ 6 ਸ਼ਹਿਰ ਆਪਾਂ ਉੱਪਰ ਦੱਸੇ ਆ ਇਹਦੇ ਜਿਹੜੇ ਜੱਜ ਹੈਗੇ ਇਹਨਾਂ ਦੇ ਡਾਕਟ ਇਹਨਾਂ ਨੇ ਹੁਣ ਕਲੀਅਰ ਕਰਨੇ ਆ, ਅਤੇ ਇਹ ਆਪਾਂ ਦੇਖ ਰਹੇ ਹਾਂ ਕਿ ਨਿਊਯਾਰਕ ਦੇ ਵਿੱਚ ਸੈਨ ਫ੍ਰਾਂਸਿਸਕੋ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਨਵੇਂ ਜਿਹੜੇ ਜੱਜ ਆ ਉਹ ਵੀ ਭਰਤੀ ਕੀਤੇ ਆ। ਠੀਕ ਹੈ, ਅਤੇ ਇਹਨਾਂ ਨੂੰ ਹੁਣ ਇਹ ਸਪੈਸ਼ਲ ਕਹਿ ਲਓ ਕਿ ਇੱਕ ਕੋਟਾ ਇਹਨਾਂ ਨੂੰ ਰੱਖਿਆ ਜਾਊਗਾ ਕਿ ਇਹ ਸਾਰੇ ਜਿਹੜੀਆਂ ਪੇਸ਼ੀਆਂ ਪਾਊਗੇ 90-90 ਦਿਨ ਦੇ ਵਿੱਚ ਫੈਸਲੇ ਕਰੂਗੇ। ਜੀ ਜੀ, ਸੋ ਜਿਹੜਾ ਬੋਸਟਨ, ਐਲਏ, ਮਿਆਮੀ, ਨਿਊਯਾਰਕ, ਨਿਊਆਰਕ ਅਤੇ ਜਿਹੜਾ ਸੈਨ ਫ੍ਰਾਂਸਿਸਕੋ ਦੇ ਅਦਾਲਤਾਂ ਨੇ ਇਮੀਗ੍ਰੇਸ਼ਨ ਵਾਲੀਆਂ, ਉੱਥੇ ਜਿਹੜਾ ਤੇਜ਼ੀ ਦੇ ਨਾਲ ਇਹ ਕੰਮ ਹੋਊਗਾ, ਅਤੇ ਕੰਮ ਵੀ ਇਹਨਾਂ ਨੇ ਹੁਣ ਜੱਜ ਦੀ ਬਜਾਏ ਥੱਲੇ ਹੀ ਜਿਹੜਾ ਉਹ ਰੱਖ ਲਿਆ USCIS, ਇਸਨੇ ਕਾਇੰਡ ਆਫ ਆਪਣੇ ਕੋਈ ਜਿਹੜਾ ਉਹ ਤੇਜ਼ੀ ਜਿਹੜੀ ਉਸ ਦੇ ਵਿੱਚ ਕਰਨ ਦੀ ਜਿਹੜੀ ਉਹ ਹੈਗੀ ਆ। ਬਿਆਨ ਪਾਸ ਆ, EMI ਵਾਲਾ ਪਾਸ ਆ, ਤਾਂ ਤੁਹਾਨੂੰ ਅਸਾਈਲਮ ਮਿੰਟੋ ਮਿੰਟੀ, ਨਹੀਂ ਤਾਂ ਮਿੰਟੋ ਮਿੰਟੀ ਬਾਹਰ ਦਾ ਜਿਹੜਾ ਹੋ ਰਹਾ। ਸੋ ਇਹਦਾ ਮਤਲਬ ਆ ਵੀ ਫਿਰ ਲੋਕਾਂ ਨੂੰ ਫਿਰ ਜਿਹੜੇ ਜਹਾਜ਼ ਭਰ ਭਰ ਕੇ ਜਾਣ ਵਾਲੀਆਂ ਖਬਰਾਂ ਆ ਉਹ ਵੀ ਤੇਜ਼ ਹੋਣਗੀਆਂ ਫਿਰ ਇਸ ਹਿਸਾਬ ਨਾਲ ਤਾਂ। ਕਿਉਂ ਦੇਖੋ ਹੁਣ ਇੱਦਾਂ ਕਿ ਜੇ ਬਿਆਨ ਉਹਦੇ ਫੇਲ ਹੋ ਗਏ, ਅਸਾਈਲਮ ਆਫਿਸਰ ਨੇ ਫੇਲ ਕਰਤਾ, ਤਾਂ ਜੱਜ ਕੋ ਜਾਊਗਾ, ਅਤੇ ਜੱਜ ਨੇ ਵੀ 90 ਦਿਨ ਮਤਲਬ ਕਹਿਣ ਦਾ ਕਿ 6 ਮਹੀਨੇ ਦੇ ਵਿੱਚ ਬੰਦੇ ਦਾ ਕੰਮ ਉਹਨਾਂ ਨੇ ਨਿਪਟਾ ਦੇਣਾ ਜੱਜ ਦੇ ਲੈਵਲ 'ਤੇ। ਹੁਣ ਕੀ ਹੈ ਕਿ ਜੇ ਤੁਸੀਂ ਪੈਸੇ ਦੇਖੋ ਕਿ ਇੱਕ ਬੰਦੇ ਪਹਿਲਾਂ ਪੈਸੇ ਖਰਚ ਕੇ ਆਇਆ, ਅਸਾਈਲਮ ਆਫਿਸਰ ਦਾ ਜਿਹੜਾ ਪੈਸਾ 2-3 ਸਾਲ 'ਚ ਦਿੰਦਾ ਸੀ ਉਹਨੇ ਪਹਿਲਾਂ ਦਿੱਤਾ 21 ਦਿਨਾਂ ਦੇ ਵਿੱਚ, ਹੁਣ ਜੇ ਉਹ ਜੱਜ ਦਾ ਜਿਹੜਾ ਪੈਸਾ ਵਾ ਉਹ ਵੀ ਉਹਨੂੰ ਦੇਣਾ ਪੈ ਗਿਆ ਆਪਣਾ 90 ਦਿਨਾਂ ਦੇ ਅੰਦਰ। ਜੇ ਉੱਥੇ ਉਹ ਕੇਸ ਹਾਰ ਜਾਂਦਾ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਉੱਥੇ ਆ ਗਿਆ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇੰਨੇ ਤਾਂ ਪੈਸੇ ਆਪਣਾ, ਜਦੋਂ ਈਵਨ ਜਿਹੜਾ ਬੰਦਾ ਚੰਗਾ ਖਾਸਾ ਕੰਮ ਕਰ ਰਿਹਾ ਉਹ ਵੀ ਨਹੀਂ ਇੰਨੇ ਪੈਸੇ ਦੇ ਸਕਦਾ। ਹੁਣ ਮੈਂ ਕਿਹਾ ਸਾਰਾ ਤਾਂ ਬੈਕ ਟੂ ਬੈਕ ਤਾਂ ਤੁਸੀਂ ਕਰ ਨਹੀਂ ਸਕਦੇ ਕਿ ਇੰਨੇ ਜ਼ਿਆਦਾ ਵਕੀਲ ਹਾਇਰ ਕਰ ਲੈਣੇ ਕਿ ਉੱਤੇ BIA ਸਰਕਿਟ ਕੋਰਟ ਕੋਰਟ, ਮਹਿੰਗੇ ਪ੍ਰੋਸੈਸ ਆ। ਸੋ ਮਾੜੀ ਖਬਰ ਵੀ ਆ, ਚੰਗੀ ਖਬਰ ਵੀ ਆ, ਕਈਆਂ ਨੂੰ ਚੰਗੀ ਲੱਗਣੀ ਆ, ਕਈਆਂ ਨੂੰ ਮਾੜੀ ਲੱਗਣੀ ਆ। ਹੁਣ ਦੇਖੋ ਆਪਣਾ ਆਪਣਾ ਸੋਚਣ ਦਾ ਨਜ਼ਰੀਆ। ਸੋ ਇਹ ਆ ਕਿ ਅਗੇਨ ਕਿ ਜਿਹੜਾ ਤੇਜ਼ ਬੰਦਾ ਵਾ ਬਿਆਨ ਆਪਣੇ ਸਹੀ ਤਰੀਕੇ ਨਾਲ ਹੈਂਡਲ ਕਰ ਸਕਦਾ ਵਾ ਉਹਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ, ਕਿਉਂਕਿ ਟਾਈਮ ਉਹਨਾਂ ਨੇ ਟਾਈਮ ਦਾ ਪ੍ਰੈਸ਼ਰ ਇੰਨਾ ਕੁ ਪਾਤਾ ਅਸਾਈਲਮ ਆਫਿਸਰਾਂ ਦੇ ਅਤੇ ਜੱਜ ਦੇ ਉੱਤੇ। ਜਦੋਂ ਆਪਾਂ ਦੇਖਿਆ ਕਿ ਟਰੰਪ ਨੇ ਵੀ ਇੱਦਾਂ ਹੀ ਕੀਤਾ ਸੀਗਾ ਕਿ ਲਾਸਟ ਇਨ ਫਸਟ ਆਊਟ ਕੀ ਫਟਾਫਟ ਕਰਨੇ ਆ, ਕਾਫੀ ਕੇਸ ਜਿਹੜੇ 45-45 ਦਿਨ ਦੇ ਵਿੱਚ ਪਾਸ ਹੋਏ ਸੀਗੇ। ਸੋ ਇਹ ਹੈ ਕਿ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਊਗਾ ਕਿ ਸਿੱਧੇ ਹੀ ਥੱਲੇ ਹੀ ਥੱਲੜੇ ਲੈਵਲ 'ਤੇ ਉਹਨਾਂ ਦਾ ਪਾਸ ਹੋ ਗਿਆ, ਅਤੇ ਦੇਖਦੇ ਹਾਂ ਇਹ ਤਾਂ ਹੁਣ ਵਕਤ ਹੀ ਦੱਸੂਗਾ ਕਿ ਸਾਲ 1-2 ਸਾਲ ਦੇ ਅੰਦਰ ਹੀ ਪਤਾ ਲੱਗੂਗਾ ਕਿ ਇਹਦਾ ਹੁਣ ਲੋਕਾਂ ਨੂੰ ਓਵਰਆਲ ਫਾਇਦਾ ਕਿ ਨੁਕਸਾਨ ਆ।